ਬਨਾਲਾ 'ਚ ਇੱਕ ਸੜਕ ਹਾਦਸੇ ਦੌਰਾਨ ਇੱਕ ਅਕਾਲੀ ਨੇਤਾ ਅਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਜਸਵਿੰਦਰ ਸਿੰਘ ਆਪਣੇ ਸਕੂਟਰ 'ਤੇ ਖੁੱਡੇ ਰੋਡ ਤੋਂ ਬਨਾਲਾ ਦੇ ਵੱਲ ਜਾ ਰਹੇ ਸਨ ਅਤੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਦੇ ਨਾਲ ਉਹਨਾਂ ਦੀ ਟੱਕਰ ਹੋ ਗਈ, ਜਿਸ ਕਾਰਨ ਸਕੂਟਰ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਸਵਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇੱਕ ਇੱਕ ਫੁੱਟ ਇੰਨੇ ਇੰਨੇ ਉੱਪਰ ਨੇ ਜੀ, ਮਤਲਬ ਉਹ ਜਿਹੜੇ ਸੀਵਰੇਜ ਬਣੇ ਪੱਟ ਕੇ, ਮਤਲਬ ਕੋਈ ਸਰਕਾਰ ਨੇ ਮੁੜਕਣ ਨੂੰ ਉਹਦੇ ਲਈ ਰਿਪੇਅਰ ਵਗੈਰਾ ਕੁਛ ਕਰਨ ਦੀ ਕੁਛ ਨਹੀਂ ਕੀਤਾ ਹੈਗਾ ਇਹਨਾਂ ਨੇ। ਮਤਲਬ ਹੁਣ ਇਹ ਦੇਖਿਆ ਜਾਏ, ਇਹਨਾਂ ਨੂੰ ਮਾੜਾ ਜਿਹਾ ਧਿਆਨ ਦੇਣਾ ਚਾਹੀਦਾ ਗੌਰਮੈਂਟ ਨੂੰ ਵੀ, ਜਿਹੜਾ ਇਹ ਪੈਸੇ ਵਿੱਚੋਂ ਉਹ ਕਰਦੇ ਰਹਿੰਦੇ ਨੇ ਗੇ ਘਪਲੇਬਾਜ਼ੀਆਂ ਕਰਦੇ ਰਹਿੰਦੇ ਨੇ, ਇਹਨਾਂ ਦੇ ਘਟਿਆ ਆਹ ਕੰਮ ਕਰਕੇ ਇਹ ਨੁਕਸਾਨ ਹੋਇਆ ਐਡਾ ਵੱਡਾ ਹੋਇਆ, ਜਿਹੜੇ ਮੁੰਡੇ ਦੀ ਡੈਥ ਹੋ ਗਈ ਹੈਗੀ। ਇਹ ਕਰਦੇ ਹਾਂ ਵੀ ਸਾਡੀ ਜਿਹੜੀ ਉਹ ਸੜਕ ਗਈ ਉਹ ਬਣਾਈ ਜਾਵੇ ਅਤੇ ਜਿਹੜੇ ਉਹਨਾਂ ਸੀਵਰੇਜ ਬਣੇ ਪਏ ਨੇ ਉਹਨਾਂ ਦਾ ਕੋਈ ਹੱਲ ਕਰਿਆ ਜਾਵੇ। ਹਾਂ, ਵੀ ਜਿਹੜੇ ਅੱਗੇ ਤੋਂ ਜਿਹੜੇ ਹਾਦਸੇ ਹੁੰਦੇ ਨੇ ਵੀ ਉਹਨਾਂ ਤੋਂ ਬਚਤ ਹੋ ਸਕੇ, ਜਿਹੜਾ ਹੁਣ ਬਹੁਤ ਮਾੜੀ ਗੱਲ ਹੋਈ ਇਹ। ਇਹ ਜੀ ਲੱਕੀ ਨਾਂ ਦਾ ਲੜਕਾ, ਲੱਕੀ ਸਨ ਆਫ ਗੁਰਤੇਜ ਸਿੰਘ ਵਾਸੀ ਖੁੱਡੀ ਕਲਾਂ, ਜੋ ਕਿ ਆਪਣਾ ਸਕੂਟਰੀ 'ਤੇ ਜਾ ਰਿਹਾ ਸੀਗਾ, ਉੱਧਰੋਂ ਇੱਕ ਆਪਣਾ ਰਾਜ ਬੁਲਟ ਮੋਟਰਸਾਈਕਲ 'ਤੇ ਰਾਜਪਾਲ ਨਾਂ ਦਾ ਲੜਕਾ ਜਿਹੜਾ ਆ ਰਿਹਾ ਸੀਗਾ, ਜਿਹੜਾ ਅਵਾਰਾ ਡੰਗਰ ਨੂੰ ਬਚਾਉਂਦੇ ਹੋਏ ਦੋਨਾਂ ਦਾ ਜਿਹੜਾ ਆਪਸ ਦੇ ਵਿੱਚ ਇਹ ਦੁਰਘਟਨਾ ਹੋਈ ਹੈ, ਜਿਹਦੇ 'ਚ ਰਾਜਪਾਲ ਨਾਂ ਦੇ ਜਿਹੜਾ ਆਪਣਾ ਲੜਕਾ ਉਹ ਜ਼ਖਮੀ ਹਾਲਤ ਦੇ ਵਿੱਚ ਹੈ, ਰੈਫਰ ਕੀਤਾ ਗਿਆ DMC ਲੁਧਿਆਣਾ। ਲੱਕੀ ਨਾਮ ਦੇ ਲੜਕੇ ਦੀ ਜਿਹੜੀ ਆ ਡੈਥ ਹੋ ਗਈ ਆ, 174 ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਬਰਨਾਲਾ ਤੋਂ ਪਰਵੀਰ ਰਿਸ਼ੀ ਦੀ ਰਿਪੋਰਟ, ਚੈਨਲ 2।